ਸਿਹਤ ਸੰਬੰਧੀ ਪ੍ਰੋਗਰਾਮ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਾਡੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਲੈ ਕੇ ਆਏ ਹਾਂ ਇੱਕ ਨਵਾਂ ਪ੍ਰੋਗਰਾਮ ਜੋ ਕਿ ਗੋਡਿਆਂ ਦੇ ਦਰਦ ਅਤੇ ਗਠਿਆਂ ਦੇ ਰੋਗ ਦੇ ਉੱਤੇ ਆ। ਤੁਹਾਨੂੰ ਬਹੁਤ ਸਾਰੀ ਜਾਣਕਾਰੀ ਦੇਣ ਲਈ ਅੱਜ ਸਾਡੇ ਸਟੂਡੀਓ ਵਿੱਚ ਆਏ ਨੇ ਡਾਕਟਰ ਸਤਨਾਮ ਜੀ, ਜੋ ਕਿ ਬ੍ਰਿਟਿਸ਼ ਪਾਰਲੀਮੈਂਟ ਵਿੱਚ VIP ਸਪੀਕਰ ਵਜੋਂ ਸਨਮਾਨਿਤ ਕੀਤੇ ਗਏ ਨੇ। ਸੋ ਸਵਾਗਤ ਕਰਦੇ ਹਾਂ ਡਾਕਟਰ ਸਤਨਾਮ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਡਾਕਟਰ ਸਾਹਿਬ, ਅੱਜ ਕੱਲ੍ਹ ਅਸੀਂ ਵੇਖਿਆ ਕਿ ਛੋਟੀ ਉਮਰ ਵਿੱਚ ਵੀ, ਲਾਈਕ 35-40 ਸਾਲ ਦੀ ਉਮਰ ਵਿੱਚ ਵੀ, ਲੋਕਾਂ ਨੂੰ ਗੋਡਿਆਂ ਦੀ ਬੜੀ ਸਮੱਸਿਆ ਆਉਣ ਲੱਗ ਗਈ ਹੈ। ਕਦੀ ਕਿਸੇ ਦੀ ਗਰੀਸ ਖਤਮ ਹੋ ਗਈ ਹੈ, ਗੋਡੇ ਘਸ ਗਏ ਨੇ, ਗੋਡਿਆਂ 'ਚ ਦਰਦ ਰਹਿਣਾ ਸ਼ੁਰੂ ਹੋ ਗਿਆ, ਚੱਲਣਾ ਮੁਸ਼ਕਿਲ ਹੋ ਗਿਆ। ਸੋ ਇਹਨਾਂ ਚੀਜ਼ਾਂ ਦੇ ਕੀ ਕਾਰਨ ਨੇ? ਗੋਡੇ ਦੀ ਦਰਦ ਜਾਂ ਗੋਡੇ ਦਾ ਘਸ ਜਾਣਾ ਇੱਕ ਪ੍ਰੋਬਲਮ ਹੈ ਜਿਹਨੂੰ ਅਸੀਂ ਆਰਥਰਾਈਟਿਸ ਕਹਿੰਦੇ ਹਾਂ। ਆਰਥਰਾਈਟਿਸ ਦਾ ਮਤਲਬ ਹੈ ਗੋਡੇ ਦਾ ਜੋੜ ਜਿਹੜਾ, ਉਹਦੀਆਂ ਹੱਡੀਆਂ ਦੇ ਜਿਹੜੇ ਕੋਨੇ ਆ, ਐਂਡਸ ਆ, ਉਹ ਘਸ ਜਾਂਦੇ ਨੇ। ਯਾਨੀ ਉਹ ਆਪਸ ਵਿੱਚ ਟਕਰਾ ਟਕਰਾ ਕੇ ਚੂਰਾ ਜਿਹਾ ਬਣ ਜਾਂਦਾ ਔਰ ਘਸ ਜਾਂਦੇ ਆ, ਔਰ ਜਿਹਦੇ ਨਾਲ ਗੋਡਿਆਂ ਦੇ ਆਲੇ ਦੁਆਲੇ ਮਾਸ ਵਿੱਚ ਜਾਂ ਗੋਡੇ ਦੇ ਜੋੜ ਵਿੱਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਨੂੰ ਆਸਟੀਓ ਆਰਥਰਾਈਟਿਸ ਕਹਿੰਦੇ ਆ। ਪਹਿਲਾਂ ਤਾਂ ਇਹਦੀ ਜਿਹੜਾ ਗੋਡੇ ਦਾ ਦਰਦ ਹੈ, ਇਹ ਕਾਫੀ ਉਮਰ ਬਾਅਦ ਸ਼ੁਰੂ ਹੁੰਦਾ ਸੀ, ਪਰ ਹੁਣ ਬਹੁਤ ਲੋਕਾਂ ਨੂੰ 35-40 ਸਾਲ, 45 ਸਾਲ, 50 ਸਾਲ 'ਚ ਸ਼ੁਰੂ ਹੋਣਾ ਸ਼ੁਰੂ ਹੋ ਗਿਆ। ਔਰ ਇਹਦੇ ਵਿੱਚ ਸ਼ੁਰੂਆਤ 'ਚ ਤਾਂ ਦੇਖੋ ਗੋਡੇ ਦੇ ਵਿੱਚ ਜਿਹੜੀ ਆ ਹਲਕੀ ਜਿਹੀ ਕੜਕੜ ਦੀ ਆਵਾਜ਼ ਆਉਂਦੀ ਹੈ, ਜਿਸ ਤਰ੍ਹਾਂ ਗੋਡਾ ਜਿਹੜਾ ਤੁਰਨ ਲੱਗਿਆਂ ਜਾਂ ਪੌੜੀਆਂ ਚੜ੍ਹਨ ਲੱਗਿਆਂ, ਜਾਂ ਕੋਈ ਬੰਦਾ ਜ਼ਿਆਦਾ ਜਿੱਦਾਂ ਸੈਰ ਕਰ ਲਵੇ ਜਾਂ ਜੋਗਿੰਗ ਕਰ ਲਵੇ, ਅਤੇ ਜ਼ਿਆਦਾ ਕੰਮ ਕਰਨ ਤੋਂ ਬਾਅਦ ਹਲਕੀ ਜਿਹੀ ਗੋਡੇ 'ਚ ਦਰਦ ਸ਼ੁਰੂ ਹੁੰਦੀ ਹੈ, ਔਰ ਗੋਡੇ 'ਚ ਹਲਕੇ ਹਲਕੇ ਨਾ ਕੜਕੜ ਜੀ ਦੀ ਜਦੋਂ ਆਵਾਜ਼ ਆਉਣੀ ਸ਼ੁਰੂ ਹੁੰਦੀ ਹੈ। ਸੋ ਇਹ ਸ਼ੁਰੂਆਤੀ ਲੱਛਣ ਨੇ ਗੋਡਾ ਦਰਦ ਹੋਣ ਦੇ। ਹੌਲੀ ਹੌਲੀ ਜਿਹੜੀ ਹੈ ਦਰਦ ਜਿਹੜੀ ਆ ਸਮਾਂ ਬੀਤਦਾ ਤਾਂ ਇਹ ਦਰਦ ਵੱਧਦੀ ਹੈ। ਅਲਟੀਮੇਟਲੀ ਫਿਰ ਜੇ ਸਮਾਂ ਬੀਤੇਗਾ, ਇਹ ਗੋਡਿਆਂ ਦੀ ਜਿਹੜੀ ਕਸਣ ਦੀ ਜਿਹੜੀ ਸਪੀਡ ਆ ਹੋਰ ਤੇਜ਼ ਹੋ ਜਾਏਗੀ, ਔਰ ਗੋਡੇ ਜਿਹੜੇ ਨੇ ਜ਼ਿਆਦਾ ਘਸ ਜਾਣਗੇ, ਫਿਰ ਅਲਟੀਮੇਟਲੀ ਗੋਡਾ ਬਦਲਾਉਣ ਤੱਕ ਨੂੰ ਪਤਾ ਜਾਂਦਾ। ਜਿਹੜੇ ਮਰੀਜ਼ ਆ ਉਹ ਜਦੋਂ ਬੈਠਿਆ ਨਹੀਂ ਜਾਂਦਾ, ਉਹਨਾਂ ਕੋਲੋਂ ਪੈਰਾਂ ਭਾਰ ਬੈਠਣਾ ਉਹਨਾਂ ਲਈ ਔਖਾ ਹੋ ਜਾਂਦਾ, ਪੌੜੀਆਂ ਚੜ੍ਹਨ ਲੱਗਿਆ ਉਹਨਾਂ ਨੂੰ ਦਰਦ ਹੁੰਦੀ ਹੈ, ਔਰ ਗੋਡੇ ਵਿੱਚ ਕਈ ਵਾਰੀ ਸੋਜ ਜਾਂ ਸੇਕ ਨਿਕਲਦਾ ਜਿੱਦਾਂ ਗੋਡੇ ਦੇ ਵਿੱਚੋਂ। ਅਤੇ ਕਈ ਮਰੀਜ਼ ਇਹ ਕੰਪਲੇਂਟ ਕਰਦੇ ਕਿ ਸਵੇਰ ਦੇ ਟਾਈਮ ਸਰਦੀਆਂ 'ਚ ਜ਼ਿਆਦਾ ਦਰਦ ਹੁੰਦੀ ਹੈ, ਰਾਤ ਨੂੰ ਸੌਣ ਲੱਗਿਆਂ ਦਰਦ ਜ਼ਿਆਦਾ ਹੁੰਦੀ ਹੈ। ਸੋ ਕਈ ਵਾਰੀ ਤਾਂ ਮਰੀਜ਼ਾਂ ਨੂੰ ਦਰਦ ਇੰਨੀ ਵੱਧ ਜਾਂਦੀ ਹੈ ਕਿ ਉਹ ਸਾਰੀ ਰਾਤ ਗੋਡਾ ਆਪਣਾ ਘੁੱਟਦੇ ਘੁੱਟਦੇ ਸੌਂਦੇ ਨੇ। ਔਰ ਗੋਡੇ ਦੇ ਨਾਲ ਨਾਲ ਗੋਡੇ ਦੇ ਜਿਹੜੇ ਆਲੇ ਦੁਆਲੇ ਦੇ ਮਾਸਪੇਸ਼ੀਆਂ ਹੈ, ਜਿੱਦਾਂ ਪੱਬਾਂ ਦੇ ਗੋਡੇ ਦੇ ਥੱਲੇ ਜਿਹੜੇ ਪੱਬ ਨੇ, ਉਹਨਾਂ 'ਚ ਵੀ ਦਰਦ ਜਾਂਦੀ ਹੈ। ਉੱਪਰਲੇ ਜੋ ਗੋਡਿਆਂ ਤੋਂ ਉੱਪਰਲੇ ਹਿੱਸੇ 'ਚ ਮਾਸਪੇਸ਼ੀਆਂ 'ਚ ਵੀ ਬਹੁਤ ਦਰਦ ਜਾਂਦੀ ਹੈ। ਅਲਟੀਮੇਟਲੀ ਕਈ ਜਿਹੜੇ ਬਜ਼ੁਰਗ, ਤੁਸੀਂ ਵੇਖਿਆ ਹੋਣਾ ਕਿ ਵਾਕਰ ਨਾਲ ਚੱਲਦੇ ਨੇ ਜਾਂ ਫਿਰ ਸੋਟੀ ਫੜ ਕੇ ਚੱਲਣਾ ਸ਼ੁਰੂ ਕਰ ਦਿੰਦੇ ਨੇ, ਕਿ ਉਹਨਾਂ ਦੇ ਜਿਹੜੀ ਚਾਲ ਹੈ ਨਾ ਉਹਦੇ 'ਚ ਵੀ ਫਰਕ ਆ ਜਾਂਦਾ, ਔਰ ਥੋੜ੍ਹਾ ਜਿਹਾ ਲੰਗੜਾ ਕੇ ਚੱਲਣਾ ਸ਼ੁਰੂ ਕਰ ਦਿੰਦੇ ਨੇ। ਸੋ ਇਹ ਲੇਟਰ ਸਟੇਜਿਸ ਹੈ। ਫਿਰ ਜਦੋਂ ਡਾਕਟਰ ਦੁਆਰਾ ਐਕਸਰੇ ਕੀਤਾ ਜਾਂਦਾ, ਐਕਸਰੇ 'ਚ ਪਤਾ ਲੱਗਦਾ ਹੈ ਕਿ ਇਹਦੇ ਵਿੱਚ ਗੈਪ ਆ ਗਿਆ ਗੋਡੇ 'ਚ, ਔਰ ਇਹ ਹੁਣ ਗੋਡਾ ਬਦਲਾਉਣਾ ਪਏਗਾ, ਜਾਂ ਫਿਰ ਜਿਹਨੂੰ ਮਰੀਜ਼ ਜ਼ਿਆਦਾ ਕਹਿ ਦੇ ਕਿ ਗਰੀਸ ਖਤਮ ਹੋ ਗਈ ਹੈ ਜਾਂ ਗੋਡਾ ਘਸ ਗਿਆ, ਤਾਂ ਉਹਦੇ ਨਾਲ ਡਾਇਗਨੋਸਿਸ ਵਿੱਚ ਐਕਸਰੇ ਵਿੱਚ ਆਉਂਦਾ ਓਸਟੀਓਫਾਈਟਸ ਬਣੇ ਹੁੰਦੇ ਨੇ ਅੰਦਰ ਗੋਡੇ ਦੇ, ਜਿਹੜੇ ਕਿਸਨ ਨਾਲ ਜਿਹੜੇ ਅੰਦਰ ਓਸਟੀਓਫਾਈਟਸ ਬਣ ਜਾਂਦੇ ਨੇ ਗੋਡੇ ਦੇ ਉੱਪਰ। ਉਹ ਜਦੋਂ ਇਹ ਗੋਡੇ ਦੀਆਂ ਹੱਡੀਆਂ ਆਪਸ 'ਚ ਟਕਰਾਉਂਦੀਆਂ ਨੇ ਅਤੇ ਆਲੇ ਦੁਆਲੇ ਦਾ ਜਿਹੜਾ ਮਾਸ ਹੈ ਉੱਤੇ ਵੱਜਦੀਆਂ ਨੇ, ਔਰ ਗੋਡੇ 'ਚ ਦਰਦ ਬਹੁਤ ਜ਼ਿਆਦਾ ਫਿਰ ਪਤਲੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰ ਕੀ ਹੁੰਦਾ ਕਿ ਗੋਡੇ ਦੀ ਦਰਦ ਦੇ ਨਾਲ ਨਾਲ ਪਿੱਠ ਦੀ ਦਰਦ, ਯਾਨੀ ਕਿ ਕਮਰ ਦੀ ਦਰਦ ਵੀ ਐਸੋਸੀਏਟਡ ਹੁੰਦੀ ਹੈ। ਕਈ ਮਰੀਜ਼ਾਂ ਨੂੰ ਇਹ ਕੰਪਲੇਂਟ ਕਰਦੇ ਹੈ ਕਿ ਗੋਡੇ ਦੀ ਦਰਦ ਦੇ ਨਾਲ ਨਾਲ ਕਮਰ 'ਚ ਵੀ ਦਰਦ ਹੈ, ਔਰ ਕਮਰ ਦੀ ਦਰਦ ਜਿਹੜੀ ਲੱਤ ਵਿੱਚ ਜਾਂਦੀ ਹੈ, ਲੱਤਾਂ ਦੇ ਵਿੱਚ ਜਿੱਦਾਂ ਕੀੜੀਆਂ ਤੁਰਦੀਆਂ ਨੇ ਜਾਂ ਲੱਤਾਂ ਸੁੱਤੀਆਂ ਰਹਿਣੀਆਂ ਜਾਂ ਭਾਰੀਆਂ ਜਾਂ ਲੱਤਾਂ ਲੱਗਣੀਆਂ, ਇਹ ਦਰਦ ਕਈ ਵਾਰੀ ਨਾਲ ਹੁੰਦੀ ਹੈ। ਉਹਦੇ ਵਿੱਚ ਸਾਨੂੰ ਦੇਖਣਾ ਇਹ ਪਵੇਗਾ ਕਿ ਇਹ ਗੋਡੇ ਦੀ ਦਰਦ ਹੈ ਜਾਂ ਇਹ ਕਮਰ ਦੇ ਮਨਕਿਆਂ ਦੇ ਵਿੱਚ ਕੋਈ ਬਦਲਾਅ ਆਇਆ ਉਮਰ ਦੇ ਹਿਸਾਬ ਨਾਲ, ਜਾਂ ਗੋਡੇ ਆਪਣਾ ਕਮਰ ਦੇ ਮਨਕਿਆਂ ਦੇ ਵਿੱਚ ਕੋਈ ਡਿਫੈਕਟ ਹੈ ਉਹਦੇ ਕਰਕੇ। ਇਹ ਤਾਂ ਕੋਈ ਸੋਚ ਵੀ ਨਹੀਂ ਸਕਦਾ, ਆਮ ਬੰਦੇ ਨੂੰ ਤਾਂ ਪਤਾ ਹੀ ਨਹੀਂ ਲੱਗੇ। ਬਹੁਤ ਲੋਕਾਂ ਨੂੰ ਇਸ ਤਰ੍ਹਾਂ ਜਿਹੜੀ ਪ੍ਰੋਬਲਮ ਹੁੰਦੀ ਹੈ ਕਿ ਕਮਰ ਦੀ ਦਰਦ ਦੇ ਨਾਲ ਨਾਲ ਗੋਡਿਆਂ ਦੀ ਦਰਦ ਵੀ ਹੁੰਦੀ ਹੈ, ਔਰ ਪੇਸ਼ੈਂਟ ਡਾਇਗਨੋਸ ਹੀ ਨਹੀਂ ਕਰ ਪਾਉਂਦਾ। ਕਈ ਵਾਰੀ MRI ਵਿੱਚ ਡਿਸਕ ਦੇ ਵਿੱਚ ਪ੍ਰੋਬਲਮ ਆ ਵੀ ਜਾਂਦੀ ਹੈ, ਪਰ ਉਹ ਸਿਗਨੀਫਿਕੈਂਟ ਨਹੀਂ ਉਹਨੂੰ ਪੇਨ ਕਰ ਰਹੀ ਹੁੰਦੀ, ਔਰ ਉਹ ਦਰਦ ਗੋਡੇ ਦੀ ਹੁੰਦੀ ਹੈ। ਸੋ ਇਹਦਾ ਡਾਇਗਨੋਸ ਬਣਾਉਣਾ ਬਹੁਤ ਹੀ ਜ਼ਰੂਰੀ ਹੈ ਸਭ ਤੋਂ ਪਹਿਲਾਂ। ਸੋ ਡਾਕਟਰ ਸਾਹਿਬ, ਇੰਨੀ ਜ਼ਿਆਦਾ ਪਾਪੂਲੇਸ਼ਨ ਗੋਡਿਆਂ ਦੇ ਰੋਗ ਕਰਕੇ ਜੋ ਸਫ਼ਰ ਕਰਦੀ ਹੈ, ਇੰਨੇ ਦਰਦ ਨੂੰ ਬਰਦਾਸ਼ਤ ਕਰਦੀ ਹੈ, ਇਹਦਾ ਕੀ ਕਾਰਨ ਹੈ? ਇੰਨੀ ਛੋਟੀ ਉਮਰੇ ਕਿਉਂ ਉਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਹੁੰਦੀ ਹੈ? ਇਹਦਾ ਮੁੱਖ ਕਾਰਨ ਇਹ ਹੈ ਕਿ ਗਰੀਸ ਜਿਹੜੀ ਸਨੋਵੀਅਲ ਫਲੂਇਡ ਹੁੰਦਾ ਗੋਡੇ ਜੋੜ ਦੇ ਵਿੱਚ, ਉਹ
ਘਟ ਜਾਂਦਾ ਹੈ ਜਾਂ ਗੋਡੇ ਦੇ ਜਿਹੜੇ ਐਂਡਸ ਨੇ ਉਹਨਾਂ 'ਚ ਡੀਜਨਰੇਸ਼ਨ ਹੋ ਜਾਂਦੀ ਉਮਰ ਦੇ ਹਿਸਾਬ ਨਾਲ, ਜਿੱਦਾਂ ਕਹਿੰਦੇ ਕਿ ਇਹ ਇਹ ਘੱਸ ਗਿਆ ਗੋਡਾ, ਕਿਉਂਕਿ ਉਹਨੇ ਘੱਸਣਾ ਹੀ ਹੁੰਦਾ ਉਮਰ ਦੇ ਹਿਸਾਬ ਨਾਲ। ਲੇਕਿਨ ਜ ਸਾਡਾ ਵੀਅਰ ਐਂਡ ਟੀਅਰ, ਰਹਿਣਾ ਸਹਿਣਾ ਇਹੋ ਜਿਹਾ ਹੈ ਕਿ ਉਹ ਗੋਡੇ ਜਿਹੜੇ ਜਲਦੀ ਘੱਸ ਜਾਂਦੇ ਨੇ। ਸੋ ਇੱਕ ਤਾਂ ਇਹ ਕਾਰਨ ਹੈ। ਦੂਸਰਾ ਇਹ ਕਿ ਸਾਡੇ ਫੂਡ ਵਿੱਚ ਵਧੀਆ ਕੁਆਲਿਟੀ ਦੇ ਕੈਲਸ਼ੀਅਮ ਨਾ ਹੋਣਾ ਜਾਂ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਹੋਣ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ, ਉਹਨਾਂ 'ਤੇ ਜਿੰਨਾ ਸਾਰੀ ਉਮਰ ਅਸੀਂ ਜ਼ੋਰ ਪਾਉਂਦੇ ਹਾਂ ਉਹ ਟਾਈਮ ਤੋਂ ਆਪਣੇ ਪਹਿਲਾਂ ਘੱਸ ਜਾਂਦੀਆਂ। ਗੋਡੇ ਦੇ ਆਲੇ ਦੁਆਲੇ ਜਿਹੜਾ ਮਸਲਸ ਨੇ, ਮਾਸਪੇਸ਼ੀਆਂ ਨੇ, ਉਹਨਾਂ ਦੇ ਵਿੱਚ ਕਮਜ਼ੋਰੀ ਆ ਜਾਣਾ। ਕਿਉਂ? ਕਿਉਂਕਿ ਮਾਸਪੇਸ਼ੀਆਂ ਹੱਡੀਆਂ ਨੂੰ ਆਪਸ ਤੋਂ ਦੂਰ ਰੱਖਦੀਆਂ, ਖਿੱਚ ਕੇ ਰੱਖਦੀਆਂ ਨੇ, ਯਾਨੀ ਕਿ ਇਹਨਾਂ ਵਿੱਚ ਜਿਹੜਾ ਹੱਡੀਆਂ ਆਪਸ 'ਚ ਟਕਰਾਉਣਾ। ਜਦੋਂ ਇਹ ਮਾਸਪੇਸ਼ੀਆਂ ਕਮਜ਼ੋਰ ਹੋ ਜਾਣਗੀਆਂ ਉਮਰ ਦੇ ਹਿਸਾਬ ਨਾਲ, ਇਹਨਾਂ ਦੀ ਅਸੀਂ ਐਕਸਰਸਾਈਜ਼ ਘੱਟ ਕਰਾਂਗੇ ਤਾਂ ਇਹ ਹੱਡੀਆਂ ਆਪਸ 'ਚ ਜਲਦੀ ਟਕਰਾਉਣਾ ਸ਼ੁਰੂ ਕਰ ਦੇਣਗੀਆਂ, ਔਰ ਟਕਰਾਉਣ ਨਾਲ ਇਹਨਾਂ ਦੀ ਕਿਸਮ ਦੀ ਜਿਹੜੀ ਸ਼ਮਤਾ ਜਿਹੜੀ ਆ, ਸਪੀਡ ਆ, ਵੱਧ ਜਾਊਗੀ ਔਰ ਗੋਡੇ ਜਲਦੀ ਘੱਸ ਜਾਣਗੇ। ਸੋ ਗੋਡੇ ਦੇ ਆਲੇ ਦੁਆਲੇ ਦੇ ਜਿਹੜੇ ਮਸਲਸ ਆ ਉਹਨਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਆਪਸ 'ਚ ਜਿਹੜੇ ਉਹ ਮਜ਼ਬੂਤ ਰਹਿਣ ਔਰ ਗੋਡੇ ਦੀਆਂ ਹੱਡੀਆਂ ਨੂੰ ਦੂਰ ਰੱਖਣ ਇੱਕ ਦੂਜੇ ਤੋਂ। ਉਮਰ ਨਾਲ ਵੀ ਗਰੀਸ ਜਿਹੜੀ ਘਟਦੀ ਹੈ ਜਾਂ ਝਿੱਲੀ ਘੱਸ ਜਾਂਦੀ ਹੈ ਜਾਂ ਗੋਡਾ ਘੱਸ ਜਾਂਦਾ, ਇਹ ਬਿਲਕੁਲ ਠੀਕ ਗੱਲ ਹੈ। ਉਮਰ ਦੇ ਹਿਸਾਬ ਨਾਲ ਜਿਹੜੀ ਕੈਲਸ਼ੀਅਮ ਹੱਡੀਆਂ ਜਿਹੜੀਆਂ ਨੇ ਉਹ ਹਲਕੀਆਂ ਹਲਕੀਆਂ ਖੁਰਨੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਉਹ ਵੀ ਇੱਕ ਕਾਰਨ ਹੈ। ਦੂਸਰਾ ਇਹ ਹੈ ਕਿ ਭਾਰ ਵਧਣਾ, ਜਿਨ੍ਹਾਂ ਲੋਕਾਂ ਦਾ ਭਾਰ ਜ਼ਿਆਦਾ ਹੁੰਦਾ ਉਹਨਾਂ ਵਿੱਚ ਗੋਡਾ ਕੱਸਣ ਦੀ ਸ਼ਮਤਾ ਜਿਹੜੀ ਤੇਜ਼ ਹੋ ਜਾਂਦੀ ਹੈ ਆਮ ਬੰਦੇ ਨਾਲੋਂ। ਸੋ ਉਹਨਾਂ ਵਿੱਚ ਵੀ ਗੋਡਾ ਜਿਹੜਾ ਬਹੁਤ ਜਲਦੀ ਕੱਸਦਾ। ਔਰ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਹਾਰਡ ਜਿਹੜਾ ਸਰਫੇਸ ਹੈ, ਜਿੱਦਾਂ ਪੱਕੀ ਸੜਕ ਦੇ ਉੱਪਰ ਅਗਰ ਤੁਸੀਂ ਸੈਰ ਬਹੁਤੀ ਨਹੀਂ ਕਰਨੀ ਚਾਹੀਦੀ ਘੰਟਾ ਘੰਟਾ, ਜਾਂ ਟਰੈਡਮਿਲ ਹੈ ਜਿੱਥੇ ਜਿਮ 'ਚ ਟਰੈਡਮਿਲ ਹੁੰਦਾ ਉੱਥੇ ਵੀ ਤੁਸੀਂ ਬਹੁਤ ਜ਼ਿਆਦਾ 20 ਮਿੰਟ ਤੋਂ ਜ਼ਿਆਦਾ ਉੱਥੇ ਰਿਕਮੈਂਡਡ ਨਹੀਂ ਹੈ ਜ਼ਿਆਦਾ ਜੋਗਿੰਗ ਕਰਨੀ। ਜ਼ੋਰ ਜ਼ੋਰ ਦੀ ਗੋਡੇ ਜਦੋਂ ਵੱਜਦੇ ਨੇ ਉਹਨਾਂ 'ਤੇ ਅਸਰ ਪੈਂਦਾ, ਗੋਡੇ ਦੀਆਂ ਹੱਡੀਆਂ ਜਲਦੀ ਘੱਸਦੀਆਂ। ਔਰ ਸ਼ੂਜ਼ ਇੱਦਾਂ ਦੇ ਲੈਣੇ ਚਾਹੀਦੇ ਨੇ ਜਿਹੜੇ ਕੁਸ਼ਨਡ ਪ੍ਰੋਵਾਈਡ ਕਰਨ ਗੋਡੇ ਦੀ ਜੋੜ ਵਾਸਤੇ, ਯਾਨੀ ਉਹ ਇੱਦਾਂ ਦੇ ਨਾ ਹੋਣ ਕਿ ਥੋੜ੍ਹਾ ਜਿਹਾ ਜੋਗਿੰਗ ਕਰਨ 'ਤੇ ਗੋਡੇ ਦੁਖਣ ਲੱਗ ਪੈਣੀ ਹੈ, ਗੋਡਿਆਂ 'ਤੇ ਜ਼ੋਰ ਜ਼ਿਆਦਾ ਪਵੇ। ਇਸ ਤਰ੍ਹਾਂ ਦੇ ਸ਼ੂਜ਼ ਵੀ ਕੰਫਰਟੇਬਲ ਹੋਣੇ ਚਾਹੀਦੇ ਨੇ ਤੁਹਾਡੇ। ਜੋ ਇੰਨੀ ਪਾਪੂਲੇਸ਼ਨ ਇਸ ਗੋਡਿਆਂ ਦੇ ਰੋਗ ਤੋਂ ਪਰੇਸ਼ਾਨ ਹੈ, ਇਸ ਦਾ ਇਲਾਜ ਕਿਸ ਤਰ੍ਹਾਂ ਕੀਤਾ ਜਾਵੇ? ਜੀ, ਇਸ ਦਾ ਇਲਾਜ ਕਰਨ ਵਾਸਤੇ ਜਿਸ ਤਰ੍ਹਾਂ ਪੰਚਕਰਮਾਂ ਵਿੱਚ ਕਈ ਤਰ੍ਹਾਂ ਦੇ ਤੇਲ ਮਿਕਸ ਕਰਕੇ, ਜਿੱਦਾਂ ਮਹਾਮਾਸ਼ਾ ਜਾਂ ਮਹਾਨਾਰਾਇਣ ਤੇਲ ਨੂੰ ਮਿਕਸ ਕਰਕੇ ਗਰਮ ਕਰਕੇ ਫਿਰ ਉਸ ਤੋਂ ਬਾਅਦ ਗੋਡੇ ਦੇ ਉੱਪਰ ਪਾਇਆ ਜਾਂਦਾ ਹੈ, ਔਰ ਉਸ ਤੋਂ ਬਾਅਦ ਪੋਟਲੀ ਮਸਾਜ ਜਿਹੜੀ ਕਰਕੇ ਔਰ ਅੱਖ ਦੇ ਪੱਤੇ ਉੱਪਰ, ਉਸ ਤੋਂ ਬਾਅਦ ਅਸੀਂ ਉਹਦੇ ਉੱਪਰ ਗਰਮ ਰੱਖਦੇ ਹਾਂ, ਜਿਹਦੇ ਨਾਲ ਗੋਡਿਆਂ ਦੀ ਸੋਜਿਸ਼ ਨੂੰ, ਗੋਡਿਆਂ ਦੇ ਜਿਹੜੀ ਸੋਜ ਹੈ ਜਾਂ ਸੇਕ ਨਿਕਲਦਾ ਜਾਂ ਦਰਦ ਹੈ ਉਹ ਤੋਂ ਬਹੁਤ ਆਰਾਮ ਮਿਲਦਾ। ਇਸ ਤੋਂ ਇਲਾਵਾ ਆਯੁਰਵੇਦ ਵਿੱਚ ਬਹੁਤ ਐਸੀਆਂ ਜੜੀਆਂ ਬੂਟੀਆਂ ਦਾ ਵਿਵਰਣ ਹੈ ਜਿਹਦੇ ਅਨੁਸਾਰ ਅਸੀਂ ਸਭ ਤੋਂ ਪਹਿਲਾਂ ਤਾਂ ਗੋਡੇ ਦੇ ਆਲੇ ਦੁਆਲੇ ਦੇ ਜਿਹੜੇ ਮਸਲਸ ਹੈ, ਟੈਂਡਨਸ ਹੈ, ਲਿਗਾਮੈਂਟਸ ਹੈ ਜਾਂ ਮਾਸਪੇਸ਼ੀਆਂ ਨੇ ਜਿਹੜੀਆਂ ਗੋਡੇ ਦੇ ਜੋੜ ਨੂੰ ਥੋੜ੍ਹਾ ਆਪਣੇ ਤੋਂ ਇੱਕ ਦੂਜੇ ਤੋਂ ਹੱਡੀਆਂ ਨੂੰ ਦੂਰ ਰੱਖਦੀ ਹੈ, ਉਹਨਾਂ ਨੂੰ ਅਸੀਂ ਮਜ਼ਬੂਤ ਕਰਾਂਗੇ, ਗੋਡੇ ਦੇ ਜਿਹੜੀਆਂ ਹੱਡੀਆਂ ਨੇ ਉਹ ਇੱਕ ਦੂਜੇ ਤੋਂ ਦੂਰ ਰਹਿਣਗੀਆਂ, ਘਸਣਗੇ ਨਹੀਂ, ਕੜਕੜ ਦੀ ਆਵਾਜ਼ ਨਹੀਂ ਆਏਗੀ ਔਰ ਦਰਦ ਨਹੀਂ ਹੋਏਗੀ, ਸੋਜ ਨਹੀਂ ਪਏਗੀ ਔਰ ਦਰਦ ਤੋਂ ਆਰਾਮ ਮਿਲੇਗਾ। ਔਰ ਹੱਡੀਆਂ ਦੀ ਕੈਲਸ਼ੀਅਮ, ਵਿਟਾਮਿਨ ਡੀ ਪੂਰਾ ਹੋਵੇ ਔਰ ਉਹਨਾਂ 'ਚ ਦੁਬਾਰਾ ਤਾਕਤ ਆਵੇ ਤਾਂ ਕਿ ਉਹ ਦੁਬਾਰਾ ਆਪਣੇ ਆਪ ਨੂੰ ਰੀਜੂਵੀਨੇਟ ਕਰ ਸਕਣ। ਔਰ ਕੁਛ ਗਰੀਸ ਬਣਾਉਣ ਵਾਲੀਆਂ ਦਵਾਈਆਂ ਦਾ ਵੀ ਆਯੁਰਵੇਦ ਵਿੱਚ ਮਿਸ਼ਰਣ ਦੱਸਿਆ ਗਿਆ ਹੈ, ਜਿਹਦੇ ਲੈਣ ਨਾਲ ਗੋਡਿਆਂ ਦੀ ਗਰੀਸ ਨੂੰ ਦੁਬਾਰਾ ਬਣਾਉਣ 'ਚ ਮਦਦ ਮਿਲਦੀ ਹੈ ਔਰ ਗੋਡੇ ਦੀ ਦਰਦ ਤੋਂ ਰਾਹਤ ਮਿਲਦੀ ਹੈ। ਔਰ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ 10-20 ਸਾਲ ਅਸੀਂ ਆਰਾਮ ਨਾਲ ਪਰਹੇਜ਼ ਕਰਕੇ, ਕੁਛ ਖਿਆਲ ਰੱਖ ਕੇ, ਕੁਛ ਇਲਾਜ ਕਰਕੇ ਅਸੀਂ 10-20 ਸਾਲ ਬਿਨਾਂ ਜੋ ਓਪਰੇਸ਼ਨ ਤੋਂ ਵੀ ਕੱਢ ਸਕਦੇ ਹਾਂ। ਡਾਕਟਰ ਸਾਹਿਬ, ਗਠੀਆ ਰੋਗ ਕੀ ਹੈ? ਬਹੁਤ ਸੁਣਨ ਨੂੰ ਆਉਂਦਾ ਹੈ ਕਿ ਗਠੀਆ ਹੋ ਗਿਆ, ਇਹਦੇ ਬਾਰੇ ਕੋਈ ਜਾਣਕਾਰੀ ਦਿਓ। ਦੇਖੋ, ਗਠੀਏ ਦੇ ਵਿੱਚ ਪੇਸ਼ੈਂਟਸ ਦੇ ਵਿੱਚ ਦੇਖਣ 'ਚ ਆਉਂਦਾ ਕਿ ਛੋਟੇ ਜੋੜ ਜਿਹੜੇ ਨੇ ਉਹਨਾਂ 'ਚ ਦਰਦ ਸ਼ੁਰੂ ਹੁੰਦੀ ਹੈ। ਦਰਦ ਦੇ ਵਿੱਚ ਛੋਟੇ ਛੋਟੇ ਜੋੜ ਜਿਹੜੇ ਨੇ ਉਹਨਾਂ ਦੇ ਵਿੱਚ ਗੱਠਾਂ ਜਿਹੀਆਂ ਪੈ ਜਾਂਦੀਆਂ ਜਾਂ ਦਰਦ ਹੁੰਦੀ ਹੈ। ਇਹਦਾ ਕਾਰਨ ਇਹ ਕਿ ਸਰੀਰ ਦੇ ਵਿੱਚ ਜਿਹੜਾ ਯੂਰਿਕ ਐਸਿਡ ਦਾ ਮੈਟਾਬੋਲਿਜ਼ਮ ਹੈ ਉਹਦੇ 'ਚ ਡਿਫੈਕਟ ਆ ਜਾਂਦਾ। ਜਿੱਦਾਂ ਪ੍ਰੋਟੀਨਸ ਆਈਟਮਸ ਅਸੀਂ ਖਾਂਦੇ ਹਾਂ ਉਹਦੇ ਤੋਂ ਯੂਰਿਕ ਐਸਿਡ ਦਾ ਮੈਟਾਬੋਲਿਜ਼ਮ ਜਿਹੜਾ ਉਹਦੇ 'ਚ ਡਿਫੈਕਟ ਆਉਣ ਕਰਕੇ ਯੂਰਿਕ ਐਸਿਡ ਜਿਹੜਾ ਖੂਨ 'ਚ ਬਹੁਤ ਵੱਧ ਜਾਂਦਾ, ਸਰੀਰ 'ਚ ਬਣਦਾ ਔਰ ਉਹ ਗੱਠਾਂ ਦੀ ਫੋਰਮ 'ਚ ਛੋਟੇ ਜੋੜਾਂ 'ਚ ਇਕੱਠਾ ਹੋ ਜਾਂਦਾ ਔਰ ਛੋਟੇ ਜੋੜਾਂ 'ਚ ਦਰਦ ਤਾਂ ਬਹੁਤ ਹੁੰਦੀਆਂ ਨੇ ਔਰ ਕਈ ਵਾਰੀ ਤਾਂ ਜੋੜ ਜਿਹੜੇ ਨੇ ਉਹ ਟੇਢੇ ਹੋ ਜਾਂਦੇ ਨੇ, ਉਂਗਲੀਆਂ ਟੇਢੀਆਂ ਹੋ ਜਾਂਦੀਆਂ, ਪੈਰਾਂ ਦੀਆਂ ਉਂਗਲੀਆਂ ਟੇਢਾਂ ਹੋ ਜਾਂਦੀਆਂ, ਜਿਹਦੇ ਨਾਲ ਗੱਠੀਆ ਜਿਹੜਾ ਉਹ ਜਿਨ੍ਹਾਂ ਨੂੰ ਹੁੰਦਾ। ਇਹਦੇ 'ਚ ਯੂਰਿਕ ਐਸਿਡ ਦਾ ਕੰਟਰੋਲ ਕਰਨ ਲਈ ਖਾਸ ਖੁਰਾਕ ਦੱਸਦੇ ਹਾਂ ਜਿਹੜੀ ਕਿ ਖਾਣੀ ਚਾਹੀਦੀ ਹੈ, ਜਿਹਦੇ ਨਾਲ ਯੂਰਿਕ ਐਸਿਡ ਦਾ ਕੰਟਰੋਲ ਰਹੇ, ਯੂਰਿਕ ਐਸਿਡ ਵਧੇ ਨਾ। ਔਰ ਯੂਰਿਕ ਐਸਿਡ ਦਾ ਮੈਟਾਬੋਲਿਜ਼ਮ ਜ਼ਿਆਦਾਤਰ ਪੇਸ਼ੈਂਟਸ ਵਿੱਚ ਉਹਨਾਂ 'ਚ ਖਰਾਬ ਹੁੰਦਾ ਜਿਨ੍ਹਾਂ 'ਚ ਭਾਰ ਬਹੁਤ ਜ਼ਿਆਦਾ ਵੱਧ ਜਾਂਦਾ, ਥੋੜ੍ਹਾ ਜਿਹਾ ਪ੍ਰੋਟੀਨਸ ਖਾਣ 'ਤੇ ਉਹਨਾਂ ਦਾ ਯੂਰਿਕ ਐਸਿਡ ਜਿਹੜਾ ਵਧਣਾ ਸ਼ੁਰੂ ਹੋ ਜਾਂਦਾ। ਸੋ ਯੂਰਿਕ ਐਸਿਡ
ਸਾਡੇ ਗੁਰਦਿਆਂ ਲਈ ਵੀ ਬਹੁਤ ਖਤਰਨਾਕ ਹੈ, ਸਾਡੇ ਜੋੜਾਂ ਲਈ ਵੀ ਬਹੁਤ ਖਤਰਨਾਕ ਹੈ। ਸੋ ਇਸ ਦਾ ਇਲਾਜ ਜਿਹੜਾ ਹੈਗਾ ਉਹ ਵੀ ਬੜੇ ਸੋਹਣੇ ਤਰੀਕੇ ਨਾਲ ਆਪਣੀ ਡਾਇਟ 'ਤੇ ਕੰਟਰੋਲ ਕਰਕੇ ਜਾਂ ਕੁਛ ਦਵਾਈਆਂ ਲੈ ਕੇ ਅਸੀਂ ਕਰ ਸਕਦੇ ਹਾਂ ਔਰ ਇਹ ਤੋਂ ਨਿਜਾਤ ਪਾ ਸਕਦੇ ਹਾਂ। ਸੋ ਦਰਸ਼ਕੋ, ਬਹੁਤ ਵਧੀਆ ਜਾਣਕਾਰੀ ਮਿਲੀ ਅੱਜ ਸਾਨੂੰ ਡਾਕਟਰ ਸਤਨਾਮ ਜੀ ਕੋਲੋਂ। ਤਾਂ ਉਮੀਦ ਕਰਦੀ ਹਾਂ ਕਿ ਜੋ ਵੀ ਉਹਨਾਂ ਨੇ ਤੁਹਾਨੂੰ ਉਪਾਅ ਦੱਸੇ ਨੇ, ਜੋ ਵੀ ਇਲਾਜ ਦੱਸੇ ਨੇ, ਜੋ ਵੀ ਕਾਰਨ ਦੱਸੇ ਨੇ, ਉਹਨਾਂ ਨੂੰ ਧਿਆਨ 'ਚ ਰੱਖੋਗੇ ਅਤੇ ਇਲਾਜ ਕਰਕੇ ਆਪਣੀ ਜ਼ਿੰਦਗੀ ਨੂੰ ਹੋਰ ਵਧੀਆ ਬਣਾਓਗੇ। ਸੋ ਸਾਨੂੰ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।